ਦਿਨੀ ਭਾਰਤ ਤੋਂ ਇੱਕ ਖਬਰ ਆਈ ਸੀ, ਖਾਸ ਤੌਰ 'ਤੇ ਦਿੱਲੀ ਦੇ ਸੰਦਰਭ ਦੇ ਵਿੱਚ, ਜਿੱਥੇ ਕਿ ਸ਼੍ਰੀ ਗੁਰੂ ਰਵਿਦਾਸ ਟੈਂਪਲ ਨੂੰ ਜਿਹੜਾ ਹੈਗਾ ਕਿ ਦਿੱਲੀ ਜਿਹੜੀ ਨਗਰ ਨਿਗਮ ਆ ਉਹਦੇ ਵੱਲੋਂ ਜਿਹੜਾ ਕਿ ਉਹਦੀ ਭੰਨ ਤੋੜ ਕਰ ਦਿੱਤੀ ਗਈ ਸੀ। ਉਹ ਤੋਂ ਬਾਅਦ ਜਿਹੜੇ ਪੂਰੇ ਮੁਲਕ ਭਰ ਦੇ ਵਿੱਚ ਹੀ ਨਹੀਂ, ਪੂਰੇ ਸੰਸਾਰ ਭਰ ਦੇ ਵਿੱਚ ਵੱਸਦੇ ਰਵਿਦਾਸ ਭਗਤਾਂ ਦੇ ਵਿੱਚ ਇੱਕ ਰੋਸ ਦੀ ਲਹਿਰ ਸੀ। ਸੋ ਉਹਦੇ ਚੱਲਦਿਆਂ ਹੀ ਨਿਊਜ਼ੀਲੈਂਡ ਦੇ ਵਿੱਚ ਕੰਮ ਕਰਦੀਆਂ ਵੱਖ ਵੱਖ ਸੰਸਥਾਵਾਂ ਜਿਹੜੀਆਂ ਗੁਰੂ ਰਵਿਦਾਸ ਦੀ ਵਿਚਾਰਧਾਰਾ ਦੇ ਨਾਲ ਜੁੜੀਆਂ ਹੋਈਆਂ ਨੇ, ਸੋ ਉਹਨਾਂ ਵੱਲੋਂ ਜਿਹੜਾ ਕਿ ਬੀਤੇ ਦਿਨ ਆਨਰੇਰੀ ਕੌਂਸਲ ਜਨਰਲ ਭਵਦੀਪ ਢਿੱਲੋਂ ਜਿਹੜੇ ਕਿ ਭਾਰਤੀ ਸਰਕਾਰ ਦੀ ਨੁਮਾਇੰਦਗੀ ਕਰਦੇ ਨੇ ਔਕਲੈਂਡ ਦੇ ਵਿੱਚ ਨੇ, ਸੋ ਉਹਨਾਂ ਨੂੰ ਇੱਕ ਮੰਗ ਪੱਤਰ ਜਿਹੜਾ ਕਿ ਸੌਂਪਿਆ ਗਿਆ ਅਤੇ ਇਹਦੇ ਨਾਲ ਹੀ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਸੰਬੋਧਿਤ ਕੀਤਾ ਗਿਆ, ਜਿਹੜੇ ਕਿ ਖੁਦ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਕਿ ਇਸ ਮਾਮਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ, ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਕਹਿ ਸਕਦੇ ਹਾਂ ਕਿ ਮਹਿਸੂਸ ਕਰਨ ਜਿਹੜੇ ਭਾਰਤ ਦੇ ਖਾਸ ਤੌਰ 'ਤੇ ਦਲਿਤ ਭਾਈਚਾਰੇ ਨਾਲ ਜੁੜੇ ਹੋਏ ਲੋਕ ਆ ਕਿ ਉਹਨਾਂ ਦੇ ਨਾਲ ਦੂਹਰੇ ਦਰਜੇ ਦੇ ਨਾਗਰਿਕ ਦਾ ਸਲੂਕ ਨਹੀਂ ਕੀਤਾ ਜਾਂਦਾ, ਕਿਉਂਕਿ ਸ਼੍ਰੀ ਗੁਰੂ ਰਵਿਦਾਸ ਦਾ ਜਿਹੜਾ ਫਲਸਫਾ ਗਾ ਉਹ ਲਕਾਈ ਦਾ ਫਲਸਫਾ ਗਾ, ਜੇਕਰ ਉਸ ਫਲਸਫੇ ਨੂੰ ਤਹਿਸ ਨਹਿਸ ਕੀਤਾ ਜਾਂਦਾ ਹੈਗਾ ਤਾਂ ਨੈਚੁਰਲੀ ਹੈ ਕਿ ਲੋਕਾਂ ਦੇ ਵਿੱਚ ਉਸ ਕਿਸਮ ਦਾ ਜਿਹੜਾ ਰੋਸ ਆ ਉਹ ਪ੍ਰਗਟ ਹੋਵੇਗਾ। ਸੋ ਇਹਦੇ ਵੱਲੋਂ ਦੱਸ ਦਈਏ ਕਿ ਇਹ ਜਿਹੜੀ ਤਕਰੀਬਨ 50 ਦੇ ਕਰੀਬ ਜਿਹੜੇ ਨੁਮਾਇੰਦਿਆਂ ਨੇ ਜਿਹੜੇ ਕਿ 10 ਸੰਸਥਾਵਾਂ ਨੂੰ ਨਿਊਜ਼ੀਲੈਂਡ ਦੇ ਵਿੱਚ ਰੀਪ੍ਰਜੈਂਟ ਕਰਦੇ ਆ, ਸੋ ਉਹਨਾਂ ਨੇ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਮਹਿਮੀ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਇਹ ਮੰਗ ਪੱਤਰ ਆ ਉਹ ਆਨਰੇਰੀ ਕੌਂਸਲ ਜਨਰਲ ਭਵਦੀਪ ਢਿੱਲੋਂ ਹੋਰਾਂ ਨੂੰ ਸੌਂਪਿਆ ਅਤੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸ਼ਨਿਚਰਵਾਰ ਨੂੰ ਜਿਹੜਾ ਔਕਲੈਂਡ ਦੇ ਔਕਲੈਂਡ ਸਕੁਏਅਰ ਦੇ ਵਿੱਚ ਜਿਹੜਾ ਔਕਲੈਂਡ ਸਕੁਏਅਰ ਆ ਖਾਸ ਤੌਰ ਦੇ ਉੱਤੇ, ਸੋ ਉੱਥੇ ਇੱਕ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ ਤਾਂ ਕਿ ਜਿਹੜੀ ਉਹਨਾਂ ਦੀ ਗੱਲਬਾਤ ਆ ਉਹ ਦੁਨੀਆ ਭਰ ਦੇ ਵਿੱਚ ਪਹੁੰਚੇ ਅਤੇ ਕਿਉਂਕਿ ਜਿਹੜੇ ਵਿਦੇਸ਼ ਦੇ ਵਿੱਚ ਵੱਸਦੀਆਂ ਜਿੰਨੀਆਂ ਵੀ ਸੰਗਤਾਂ ਨੇ, ਸੋ ਉਹਨਾਂ ਦੇ ਮਨਾਂ ਦੇ ਵਿੱਚ ਇਸ ਸਮੁੱਚੇ ਘਟਨਾਕ੍ਰਮ ਬਾਬਤ ਕਾਫੀ ਰੋਸ ਹੈ।